ਡੇਰਾ ਬਾਬਾ ਨਾਨਕ ਵਿਖੇ ਸ੍ਰੀ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋੜੀਆਂ ਕਲਾਂ ਦੀ ਵਿਦਿਆਰਥਣ ਦੀ ਸਕੂਲ ਦੀ ਹੀ ਬੱਸੇ ਠਾਉਣ ਨਾਲ ਮੌਤ ਹੋ ਗਈ। ਲੜਕੀ ਸੁਮਨਪ੍ਰੀਤ ਪੁੱਤਰੀ ਗੁਰਨਾਮ ਸਿੰਘ ਪਿੰਡ ਮੋਲਵਾਲੀ ਦਾ ਜਨਮ ਦਿਨ ਸੀ ਤੇ ਸਕੂਲ ਵਿੱਚ ਜਨਮ ਦਿਨ ਮਨਾਉਣ ਆਈ ਸੀ। ਵਾਪਸ ਘਰ ਜਾਂਦੇ ਸਮੇਂ ਲੜਕੀ ਨੂੰ ਬੱਸ ਦੀ ਸਾਈਡ ਵੱਜ ਗਈ ਜਿਸ ਨਾਲ ਸਾਈਕਲ ਸਮੇਤ ਬੱਸ ਦੇ ਅੱਗੇ ਡੇ ਗਈ। ਬੱਸੇ ਠਾਉਣ ਨਾਲ ਲੜਕੀ ਕਾਫੀ ਦੂਰ ਤੱਕ ਸਿਟੀ ਗਈ। ਲੜਕੀ ਨੂੰ ਡਰਾਈਵਰ ਨੇ ਹੀ バス ਥਾਲਿਓਂ ਕੱਢ ਕੇ ਸਿਵਲ ਹਸਪਤਾਲ ਡੇਰਾ ਬਾਬਾ ਨਾਨਕ ਪਹੁੰਚਾਇਆ ਪਰ ਲੜਕੀ ਦੀ ਮੌਤ ਹੋ ਚੁੱਕੀ ਸੀ ਡਰਾਈਵਰ ਲੜਕੀ ਨੂੰ ਹਸਪਤਾਲ ਛੱਡ ਕੇ ਫਰਾਰ ਹੋ ਗਿਆ ਵਿਨੋਦ ਸੋਨੀ ਦੇਵਾ ਪੰਜਾਬ ਟੀਵੀ ਡੇਰਾ ਬਾਬਾ ਨਾਨਕ